अगे आ गए जी, हमला होने से पूरी ताकत नाल जवाब देगा पाकिस्तान। अलवी राष्ट्रपति मुताबिक पाकिस्तान विच एक जिम्मेवार बनाउण ताकत, जिन्हें जिम्मेवार है सानू पता ही है। मोदी तुहाडा भरा ही नाल ही लै जाओ, उत्थे असीं अपना देश आपे चला लांगे। ट्रूडो ते जगमीत सिंह विचाले काम चलाऊ समझौता, जिहड़ा जगमीत सिंह है ना गल्लां विछाणियां करदा ते किते किते मैनूं इत्थे बहुता तबार नहीं आंदा। ट्रूडो बंदा सही है, उहदे कोल काम लै लैणा चाहीदा है। इह काम चलाउ समझौते कोई नहीं काम आने, ट्रांसपेरेंट सोच होनी चाहीदी है। तालिबान ने कुड़ियां दी उच्च सिक्ख्या ते रोक लाई, उह भराओ इहो जी गल ना करो, कुड़ियां पढ़ियां लिखियां होणगियां ना समाज दे विच, ते जिहड़ी फिरका प्रस्ती है या खाड़कू आदि नूं ठल पै जाएगी। सो मैनूं मिल लिया जे आपां गल प्रेरणा कर लांगे। चीन च हादसाग्रस्त होए जहाज दा एक ब्लैक बॉक्स लभिया, सो चीन च कोई जहाज हादसाग्रस्त हो गया ते जो उत्थे लभिया आपां उहदे बारे कुछ नहीं कहना, क्योंकि मोदी दा चांस चाहीदा जबलियां मारन दा। ऐश बार्टी वालों 25 साल की उम्र च टेनिस तो संन्यास, मन च कुछ होगा मोटिव भाई कुड़िए अपनी भला विचार ली, मैं तेरी गल तो कोई नहीं रहना। चोन जाबते की उलंघना लई इमरान खान 50,000 का जुर्माना, यह चलता ही रहा है। यही अवलियां इंडिया च बथेरिया ने, पाकिस्तान चलदिया रहदिया ने, मारी चलो जी अवलियां। अगे आ गई खबर शहीद के दर ते पुजे आप विधायक सुखदेव थापर दे जद्दी घर की हालत सुधारण का वादा, शहीदां दित्तियां श्रद्धांजलियां। सब वोट जितते ना हुण स्टंट मार रहे ने अंदरों बंदे खोटे च, वह शहीद के परिवार तुहाडी संभाल श्रोमणी कमेटी कर लेगी, गुरुदेव सिंह कर लेंगे, ये तो आप भुखे नंगे ना की करना। चोरी के समान सने तीन काबू, फड़ के कुटो इन्हां नूं। गांजा सने गिरफ्तार, इहनूं कुटापा करो। ਵਿਆਹ ਤਾਂ ਤੇ ਨਾਬਾਲਗ ਲੜਕੀ ਨਾ ਪਤਾ, ਬੜੀ ਮਾੜੀ ਗੱਲ ਏ, ਫੋਨ ਦਮਾਨਾ ਵੇਖ ਲੈ ਤੇਰਾ ਰਾਜ। ਤੇ ਆ ਵੇਖ ਲੈ ਕੇਜਰੀਵਾਲ ਦੇ ਕੰਮ, ਦੜਾ ਸੱਟਾ ਲਗਾਉਂਦਾ ਗ੍ਰਿਫ਼ਤਾਰ, ਲੁਕੁੱਟੋ ਇਹਨੂੰ। ਲੁਧਿਆਣਾ ਚ ਹਵਾ ਪ੍ਰਦੂਸ਼ਣ ਦੇ ਰਿਕਾਰਡ ਤੇ ਉੱਠੇ ਸਵਾਲ, ਉੱਠਣੇ ਹੀ ਨੇ, ਬੰਦਿਆਂ ਤੋਂ ਰਲੇ ਹੋਏ ਨੇ। ਕੇਜਰੀਵਾਲ ਨੇ ਭਗਵਾਨ ਨੇ ਕੱਖ ਨੀ ਕਰਨਾ। ਲੜਕੀ ਸਾਥੀਆਂ ਸਣੇ ਵੀਡੀਓਗ੍ਰਾਫਰ ਦੇ ਕੈਮਰੇ ਲੈ ਕੇ ਫਰਾਰ ਹੈ, ਵੇਖ ਲੋ ਪੰਜਾਬ ਦੀਆਂ ਕੁੜੀਆਂ ਕੀ ਚੰਜ ਜਾਣਗੀਆਂ ਪਈਆਂ ਨੇ। ਜਿੱਦਣ ਮੇਰੇ ਟਿੱਕੇ ਆ ਗਈਆਂ ਨਾ, ਮੈਂ ਤਾਂ ਵੈਸੇ ਕੁੱਟ ਕੁੱਟ ਕੇ ਸਿੱਧੀਆਂ ਕਰ ਦੇਣੀਆਂ। ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਦਿਆਂ ਖੁੱਲੇ ਰਹੇ ਨਿੱਜੀ ਸਕੂਲ, ਉਹ ਅੰਦਮਾਨ ਦੇ ਹੁਕਮ ਕਾਹਦੇ ਹੁਕਮ ਹੁੰਦੇ ਨੇ? ਉਹ ਤਾਂ ਯੱਬਲ ਜਿਹਾ ਬੰਦਾ ਹੈਗਾ। ਮੈਨੂੰ ਸਿੰਘ ਸਾਗਾ ਨੇ ਮਾਨ ਸਿੰਘ ਜੀ ਨੂੰ ਕਿਹਾ ਤਾਂ ਸੀ ਕਿਹੜੇ ਯੱਬਲ ਨੂੰ ਮੁੱਖ ਮੰਤਰੀ ਬਣਾਉਣ ਲੱਗੇ ਹੋ, ਇਹਨੇ ਪੰਜਾਬ ਰੋਡ ਦੇਣਾ ਜੀ। ਪੁਲਿਸ ਮੁਲਾਜ਼ਮਾਂ ਦੇ ਘਰ ਚ 8 ਤੋਲੇ ਸੋਨਾ ਚੋਰੀ, ਵਾਹ ਵਾਹ। ਜਿਹੜੀ ਪੁਲਿਸ ਦੇ ਘਰ 8 ਤੋਲੇ ਸੋਨਾ ਨਿਕਲਿਆ ਤੇ ਉਹ ਆਪਣੀ ਰਾਖੀ ਆਪ ਨਹੀਂ ਕਰ ਸਕਦੀ, ਉਹਨੇ ਪੰਜਾਬ ਦੀ ਕੀ ਕਰਨੀ ਹੈ? ਇਹ ਵੀ ਨਸ਼ੇ ਕਰ ਕਰਕੇ ਨਾ ਪੀਸਾਂ ਲੈ ਲੈ ਕਮਜ਼ੋਰ ਹੋ ਗਏ ਨੇ। ਸਿਆਣੇ ਬਣੋ ਭਰਾਓ, ਨਾ ਬਦਨਾਮੀ ਕਰੋ ਆਪਣੀ। ਵਿਧਾਇਕ ਵੱਲੋਂ ਪਾਵਰਕੌਮ ਦੇ ਅਧਿਕਾਰੀਆਂ ਦੀ ਝਾੜ ਝੰਬ, ਆਮ ਆਦਮੀ ਵਰਗ ਕੋਲ ਹੈ ਕੀ ਸਵਾਏ ਝਾੜ ਝੰਬ ਦੇ ਦੌਰੇ ਆ ਕੇ ਕਿਸੇ ਨੀ ਲੱਗਣਾ, ਪਰ ਉਹ ਤੁਹਾਡਾ ਹੈ ਹੀ ਕੋਈ ਨੀ। ਤੇ ਅੱਗੇ ਆ ਗਿਆ ਜੀ, ਦਫ਼ਤਰਾਂ ਚੋਂ ਮਹਾਤਮਾ ਗਾਂਧੀ ਦੀ ਫੋਟੋ ਉਤਾਰਨ ਤੇ ਕਾਂਗਰਸੀ ਨਾਰਾਜ਼, ਤਸਵੀਰ ਹਟਾਉਣਾ ਕਾਂਗਰਸੀ ਆਗੂਆਂ ਵੱਲੋਂ ਮੰਦ ਭਾਗਾ ਕਰਾਰ। ਭਾਈ ਤੁਸੀਂ ਖਾਲੀ ਫੋਟੋਆਂ ਖਿਚਾਉਂਦੇ ਪਏ ਹੋ, ਜਿਨ੍ਹਾਂ ਨੇ ਫੋਟੋਆਂ ਲਾਈਆਂ ਫੜ ਕੇ ਲੰਮੇ ਪਾ ਕੇ ਕਟਾਪਾ ਚਾੜ ਦਿਓ। ਇਹ ਮਹਾਤਮਾ ਗਾਂਧੀ ਵਾਲੀ ਸੋਚ ਨਾ ਧਾਰਨ ਕਰੋ, ਥੋੜੇ ਸਖ਼ਤ ਹੋ ਜਾਓ। ਵੇਖੋ ਕਿਵੇਂ ਲੱਗਦੀਆਂ ਫੋਟੋਆਂ ਦੁਬਾਰਾ, ਮੈਂ ਲਾ ਦਿੰਦਾ ਸਵੇਰੇ ਲਾ ਦਿੰਦਾ ਜੀ ਐਸੀ ਤੈਸੀ। ਅੱਗੇ ਆ ਵੇਖ ਲਓ, ਪੰਜਾਬੀ ਟੂਨ ਪਾਸੇ ਖਾਂਦਾ, ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦਾ ਐਲ, ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਉਸ ਦਿਨ ਸ਼ਰਧਾਂਜਲੀਆਂ ਭੇਂਟ। ਤੇ ਜਿੱਦਣ ਆ ਗਈ ਨਾ ਦੇਸ਼ ਤੇ ਲੜਾਈ, ਤੇ ਇਹਨਾਂ ਸਭ ਤੋਂ ਪਹਿਲਾਂ ਭਜਣਾ, ਇਹ ਫੋਟੋਆਂ ਖਿਚਾਉਣ ਆਏ ਨੇ। ਫੋਟੋ ਮਾਰਗਾ ਬੰਦੇ ਲੜ ਨਹੀਂ ਸਕਦੇ, ਜਿਹਨੇ ਕੁਰਬਾਨੀਆਂ ਕਰਦੇ ਉਹ ਸਿੰਘ ਸੂਰਮੇ ਹੋਰ ਹੀ ਹੁੰਦੇ ਨੇ। ਤੁਸੀਂ ਤਾਂ ਸ਼ਹੀਦ ਭਗਤ ਸਿੰਘ ਤੋਂ ਪਾਗੀ ਲਵਾ ਤੀ, ਉਹ ਮੂਰਖੋ ਖੋਤਿਓ, ਤੁਸੀਂ ਲੋਕ ਵਿਰੋਧੀ ਬਖਸ਼ਣ ਜਾਓਗੇ, ਤੁਹਾਨੂੰ ਕੀੜੇ ਪੈਣੇ ਨੇ। ਵਿਧਾਇਕਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ, ਉਹ ਜਿੰਨੀ ਸ਼ਰਧਾਂਜਲੀ ਤੁਸੀਂ ਰਾਜਗੁਰੂ ਸੁਖਦੇਵ ਭਗਤ ਸਿੰਘ ਦਿੰਦੇ ਹੋ ਕਦੇ ਦਿੱਤੀ ਜੀ ਗੁਰੂਆਂ ਨੂੰ? ਤੁਹਾਨੂੰ ਤਾਂ ਗੁਰੂਆਂ ਦਾ ਇਤਿਹਾਸ ਹੀ ਨਹੀਂ ਪਤਾ, ਵੱਡੇ ਆਏ ਮਲਾਇਕ ਖੋਤੇ। ਸ਼ਹੀਦਾਂ ਨੂੰ ਸਮਰਪਿਤ ਮੁਹਿੰਮ ਸ਼ੁਰੂ, ਸਭ ਪਖੰਡ ਹੈ, ਸਭ ਪਖੰਡ ਹੈ। ਬਾਲ ਸਿੰਘ ਨਗਰ ਦੀਆਂ ਦੁਕਾਨਾਂ ਚੋਰੀਆਂ, ਆ ਵੇਲਾ ਮਾਨਾ ਭਗਵੰਤ ਮਾਨਾ ਤੇਰੇ ਰਾਜ, ਚੋਰੀਆਂ ਸ਼ੁਰੂ ਹੋ ਗਈਆਂ ਨੀ? ਤੂੰ ਕਹਿੰਦਾ ਸੀ ਕਾਂਗਰਸ ਮਾੜੀ, ਬੜਾ ਤੂੰ ਆਪ ਹੈ ਹਲਦਰ ਕੇਜਰੀਵਾਲ। ਕਾਂਗਰਸ ਨੂੰ ਗਲਤ ਨੀਤੀਆਂ ਦਾ ਭੁਗਤਣਾ ਪਿਆ, ਇਹਦੇ ਸਿਆਸੀ ਗੱਲਾਂ ਨੇ।
ਸਹਿਜ ਸਭਾ ਦੀ ਕਥਾ ਰਚਨਾਵਾਂ ਦੌਰ ਚਲੋ ਅੱਛੀ ਗੱਲ ਏ ਤੇ ਸ਼ਹੀਦਾਂ ਨੂੰ ਸਵਰਵ ਜਥਾ ਮਾਰਚ ਰਵਾਨਾ ਸਭ ਜਬਲੀਆਂ ਨੇ ਕਿਸਾਨ ਤਾਂ ਆਈ ਖੋਤੇ ਨੇ ਬੈਠਦੇ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸੋਨੇ ਸੰਘ ਜਿੱਤੇ ਬਾਈ ਪਾਰਟੀ ਕਰ ਦਿਓ ਅਸੀਂ ਪਾਰਟੀ ਸ਼ਾਰਟੀ ਪੈਕ ਤੇ ਨਹੀਂ ਲੈਣੀ ਬਾਬਾ ਪਨੀਰਗੜ ਮੰਗਾ ਲਓ ਨਾਲ ਮੋਹ ਚੋਣੀ ਚਾਹ ਮੈਂ ਆਪਣੇ ਘਰੋਂ ਬਣਾ ਲਿਆਂਗਾ ਤੇ ਅੱਗੇ ਆ ਗਿਆ ਜੀ ਬਾ ਆਪਣਾ ਕੋਈ ਖਾਸ ਖਬਰ ਹੋ ਰਿਹਾ ਨਹੀਂ ਅਤੇ ਮੇਰਾ ਖਿਆਲ ਹੀ ਟਿਕਟ ਦਾ ਪੇਜ ਹੋ ਰਿਹਾ ਗਿਆ ਅਤੇ ਉਹ ਮੈਂ ਤੁਹਾਨੂੰ ਦੱਸ ਹੀ ਦਿੰਦਾ ਅਤੇ ਮੇਰਾ ਖਿਆਲ ਵਿਆਹ ਖਿਆਲ ਹੀ ਨਹੀਂ ਹੁਣ ਬਸ ਸਿਮਰਨ ਕਰ ਲਈਏ ਵਾਹਿਗੁਰੂ 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 ਵਾਹਿਗੁਰੂ।